ਨਾ ਵੇਖੇ ਲੋਟੀ ਕੋਈ ਇੰਜ ਦੀ ਪੈ ਗਈ ਏ ਅੱਧ ਰਾਤ ਦੇ ਵੇਲੇ ਨਾਨੇ ਦੇ ਦੀਨ ਦੀ ਖਾਤਰ ਟੁਰ ਪਈਆਂ। ਵਾਕਿਆ ਤੁਹਾਡੇ ਸੁਣੇ ਹੋਏ, ਬਸ ਤੁਹਾਡੀ ਤੇ ਮੇਰੀ ਇਬਾਦਤ ਦੇ ਵਾਸਤੇ ਰੋਂਦੇ ਇਸ ਵਾਸਤੇ ਹਾਂ ਜੋ ਜਿਹੜਾ ਮਦੀਨੇ ਦਾ ਵਾਰਸ ਹੈ ਉਸ ਨੂੰ ਵਲੀਦ ਦੀਆਂ ਮਲਾਉਣ ਪਿਆਦਾ ਹੈ ਜੋ ਜਾਂ ਵਤਨ ਛੱਡ ਦੇ ਜਾਂ ਯਜ਼ੀਦ ਦੀ ਬੈਠ ਕਰ ਲੈ। ਸੈਯਦ ਇਵੇਂ ਜਿਹੜਾ ਨਾਨੇ ਦੇ ਰੋਜ਼ੇ ਤੇ ਕੁਰਾਨ ਪਿਆ ਪੜ੍ਹਦਾ ਹੀ ਨਾ ਤੇ ਵਲੀਦ ਦਾ ਕਸਦ ਆਇਆ, ਉਸ ਆਖਿਆ ਤੈਨੂੰ ਦਰਬਾਰ ਵਿੱਚ ਬੁਲਾਇਆ ਹੈ, ਮੌਲਾ ਫਰਮੈਂਡਨ ਜਾ ਤੂੰ ਤੁਰ ਜਾ ਮੈਂ ਦਰਬਾਰ ਵਿੱਚ ਆ ਜਾ ਸਾਂ। ਘਰ ਦੇ ਵਿੱਚ ਆਏ ਆ ਕੇ ਮੇਰੇ ਮੌਲਾ ਨੇ ਨਾਨੇ ਆਪਣੇ ਰਸੂਲ ਅਲੀ ਪੱਗ ਬੱਧੀ, ਜਦੋਂ ਤੁਰਨ ਦਾ ਇਰਾਦਾ ਕੀਤਾ ਨਾ ਸ਼ਰੀਫਾਂ ਇਸ ਜ਼ਿਕਰ ਦੀ ਕਸਮੇ ਤਾਰੀਖ ਦਾ ਅੱਜ ਤੱਕ ਫੈਸਲੇ ਨਹੀਂ ਕਰ ਗਏ ਜੋ ਕਾਇਨਾਤ ਵਿੱਚ ਕੋਈ ਭੈਣ ਤੇ ਬਰਾ ਦਾ ਕੋਈ ਵੱਖਰਾ ਪਿਆਰਾ ਹੈ। ਮੇਰੀ ਸਾਹਿਬ ਨੇ ਜਦੋਂ ਡਿੱਠਾ ਨਾ ਵੇਖਿਆ ਦੀ ਹੈ ਮਾਮਾ ਜਾਇਆ ਕਿ ਜਾਂਦਾ ਪਿਆ, ਸੈਯਦ ਵੇਖਿਆ ਦਾ ਅੰਮਾ ਦੀ ਜਾਈ ਮੈਨੂੰ ਦਰਬਾਰ ਵਿੱਚ ਬੁਲਾਇਆ। ਸ਼ਰੀਫਾਂ ਜਦੋਂ ਦਰਬਾਰ ਦਾ ਨਾਮ ਆਇਆ ਨਾ ਤੜਪ ਗਈ ਅਲੀ ਦੀਦੀ, ਵੇਖਿਆ ਦੀ ਦਰਬਾਰ ਤੇ ਕੱਲਾ। ਸੈਯਦ ਆਦਾ ਅੰਮਾ ਦੀ ਜਾਈ ਮੈਂ ਜਾਣਦਾ ਹੈ ਮੇਰਾ ਕਾਤਲ ਨਹੀਂ, ਬੀਬੀ ਆਦੀ ਤੂੰ ਜਾਣਦਾ ਹੈ, ਪਰ ਜਦੋਂ ਦੀ ਸਾਡੀ ਮਾਂ ਦਰਬਾਰ ਚੋਂ ਖਾਲੀ ਵੱਲੀ ਇਹਨਾਂ ਤੋਂ ਮੇਰਾ ਇਤਬਾਰ ਉੱਠ ਗਿਆ, ਮੇਰਾ ਇਤਮਾਦ ਉੱਠ ਗਿਆ। ਇਸ ਮਦੀਨੇ ਚ ਮੇਰੇ ਮੋਏ ਬਰਾ ਦੀ ਮੈਯਤ ਤੇ ਤੀਰ ਲੱਗੇ, ਮੈਂ ਕੱਲਾ ਨਾ ਜਾਣਦੇ ਸਾਂ। ਬੀਬੀ ਵੇਖਿਆ ਦੀ ਇਹ ਕਿੱਥੇ ਮੇਰਾ ਅੱਬਾਸ, ਜਨਾਬੇ ਅੱਬਾਸ ਹੈ। ਬੀਬੀ ਵੇਖਿਆ ਦੀ ਹੈ ਅੱਬਾਸ ਜਾਣਦਾ ਨਾ ਮੈਂ ਤੈਨੂੰ ਉਂਗਲੀ ਨੱਪ ਕੇ ਆਪ ਮੈਂ ਦਾਈਆਂ ਦੇ ਸਹਾਰੇ ਟੁਰਦੀ ਆ, ਤੈਨੂੰ ਮੈਂ ਵਿਹੜੇ ਟੁਰਨ ਦਾ ਵੱਲ ਸਿਖਾਇਆ। ਅੱਬਾਸ ਮੈਂ ਤੈਨੂੰ ਪੱਗ ਬਣਾਈ ਏ, ਬਹਿਣਾ ਬਿਰਾਵਾਂ ਤੂੰ ਪੱਗ ਬਣਾਈ ਮੰਗਦੀਆਂ ਨਾ, ਅੱਜ ਤੇਰੇ ਕੋਲੋਂ ਉਹ ਅਜਰ ਮੰਗਦੀਆਂ ਜਿਹੜਾ ਤੈਨੂੰ ਟੁਰਨ ਵਿਖਾਇਆ। ਜਨਾਬੇ ਅੱਬਾਸ ਹੱਥ ਬੰਨ ਕੇ ਆਦਾ ਇਹਨੂੰ ਹੁਕਮ ਕਰੋ। ਬੀਬੀ ਵੇਖਿਆ ਦੀ ਉਹ ਕੁਝ ਦੀਆਂ ਮੇਰਾ ਹੁਸੈਨ ਏ, ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖ ਲੈ। ਅੰਮਾ ਦਾ ਜਾਇਆ ਮੈਂ ਬਹੁ ਡਰੀ ਹੋਈਆਂ ਇਹਨਾਂ ਸ਼ਾਹ ਇਹਨਾਂ ਮਦੀਨੇ ਦੇ ਲੋਕਾਂ ਤੋਂ, ਦਰਬਾਰ ਤੋਂ ਲੈ ਕੇ ਇੱਥੋਂ ਤੱਕ ਮੈਨੂੰ ਜ਼ਮਾਨਤ ਦੇ ਮੇਰਾ ਹੁਸੈਨ ਸਲਾਮਤ ਕੇ ਨਾਸੇ। ਅੱਬਾਸ ਹੱਥ ਬੰਨ ਕੇ ਆਦਾ ਸੈਨ ਮੈਂ ਲੱਗ ਮਜਾਲ ਏ, ਮੈਂ ਨੌਕਰ ਦੇ ਹੁੰਦੇ ਕਿਸੇ ਦੀ ਜੁਰਤ ਨਹੀਂ ਜਦ ਤੇਰੇ ਬਰਾ ਦੇ ਪਾਸੇ ਵੇਖੇ। ਜਨਾਬੇ ਹੁਸੈਨ ਕਮਰੇ ਬਣੀ ਹਸ਼ਮ ਨਾਲ ਰਾਤ ਦੇ ਵੇਲੇ ਦਰਬਾਰੇ ਵਲੀਦ ਦੇ ਪਾਸੇ ਟੁਰਦੇ ਆਉਂਦੇ ਨੇ। ਜਦਾਂ ਦਿਨ ਪੈ ਮੇਰੀ ਸਰਕਾਰ ਨੇ ਜਦਾਂ ਡਿੱਠੇ ਨਾ ਦਰਵਾਜ਼ੇ ਦੇ ਕੋਲ ਆਏ ਤੇ ਪਿੱਛੇ ਭੇਣ ਟੁਰਦੀ ਆਉਂਦੀ ਏ, ਸਰਕਾਰ ਐਵੇਂ ਮੁੜ ਕੇ ਆਦੇ ਨੰਮਾ ਦੀ ਜਾਈ ਤੂੰ ਤੇ ਦਰਬਾਰ ਨਹੀਂ ਵੱਜਣਾ, ਤੂੰ ਕਿਉਂ ਟੁਰਦੀ ਪਈ ਏ? ਉਸ ਵੇਲੇ ਬਰਾ ਦਾ ਮੁੰਡਾ ਚੁੰਮ ਕੇ ਆਦੇ ਹੀ ਮੈਨੂੰ ਪੱਕ ਹੋ ਗਿਆ ਹੁਣ ਮੇਰੇ ਟੁਰਨ ਦੇ ਮੌਸਮ ਆ ਗਏ, ਤੂੰ ਦਰਬਾਰ ਵੱਜ ਮੈਂ ਵਿਹੜੇ ਟੁਰਨ ਦੀ ਇਹ ਲਕਬੜ ਦੀ। ਅੱਬਾ ਤੋਂ ਸਲਾਮਤ ਰਹੋ, ਮੌਲਾ ਤੁਹਾਡੀਆਂ ਧੀਆਂ ਦੇ ਪਰਦੇ ਸਲਾਮਤ ਰੱਖੇ। ਇਹੋ ਹੱਕ ਬਣਦਾ ਗਰੀਬਾਂ ਨੂੰ ਰੋਵਣ ਦਾ, ਹੁਸੈਨ ਦੀ ਮਾਂ ਰਾਜ਼ੀ ਹੋਵੇ, ਫੂੜੀ ਦੀ ਮਾਲਕ ਰਾਜ਼ੀ ਹੋਵੇ, ਇਮਾਮ ਜ਼ਮਾਨਾ ਪਵੇ ਦੇ ਅੱਜ ਦਾਹੌਲ ਚ ਬਹਿ ਕੇ ਮੇਰੇ ਮਜ਼ਲੂਮ ਦਾਦੇ ਨੂੰ ਰੋਂਦੇ ਬੈਠੇ ਨੇ। ਇਨਸ਼ਾਅੱਲਾ ਪੁੱਤਰਾਂ ਦਾ ਕੋਈ ਗਮ ਨਾ ਵੇਖੋ, ਤੁਰ ਪੈ ਸੈਯਦ ਮਗਰ ਮਦੀਨੇ ਚ ਵਸਦਾ ਹੀ ਹੁਸੈਨ, ਬਿਰਾਵਾਂ ਦੀ ਸੰਗਤ ਆਈ। ਸੈਯਦ ਇਵੇਂ ਟੁਰਦੇ ਹੋਏ ਜਦੋਂ ਦਰਬਾਰ ਦੇ ਕੋਲ ਆਏ ਨਾ, ਸੈਯਦ ਵੇਖ ਕੇ ਆਦਨ ਅਲੀ ਅਕਬਰ ਕਾਸਮ ਤੁਸੀਂ ਜਾਣਦੇ ਹੋ ਨਾ ਜੋ ਮੈਂ ਨਾਨੇ ਦੀ ਪੱਗ ਦਾ ਵਾਰਸ ਹਾਂ, ਕਾਇਨਾਤ ਵਿੱਚ ਸਾਡਾ ਨਾਨਾ ਖੁਲਕੇ ਅਜ਼ੀਮ ਦਾ ਵਾਰਸ ਹੈ। ਮੈਂ ਇਹਨਾਂ ਨਾਲ ਵਾਅਦਾ ਕੀਤਾ ਹੀ ਜੋ ਮੈਂ ਦਰਬਾਰ ਵਿੱਚ ਇਕੱਲਾ ਸਾਂ, ਮੇਰੇ ਨਾਲ ਕੋਈ ਭਰਾ ਬਰਾਦਰੀ ਰਿਸ਼ਤੇਦਾਰ ਨਾ ਸਨ। ਤੁਸੀਂ ਇੱਥੇ ਰੁਕ ਜਾਓ, ਮੈਂ ਵਾਅਦੇ ਦੇ ਮੁਤਾਬਕ ਮੈਂ ਇਕੱਲਾ ਜਾਣਾ, ਮੈਂ ਇਹਨਾਂ ਦੇ ਨਾਲ ਗੱਲ ਕਰਦਾ। ਜਦਾਂ ਚੰਦ ਕਦਮ ਤੁਰੇ ਨਾ ਸਾਰੇ ਰੁਕ ਗਏ, ਚੰਦ ਕਦਮ ਸ਼ਰੀਫਾਂ ਜਦੋਂ ਟੁਰਨ ਨਾ ਤੇ ਮੌਲਾ ਨੇ ਪਿੱਛੇ ਕਦਮਾਂ ਦੀ ਆਹਟ ਵੇਖੀ। ਸੈਯਦ ਡਿੱਠੇ ਜੋ ਪਿੱਛੇ ਜਨਾਬੇ ਅੱਬਾਸ ਟੁਰਦੇ ਆਉਂਦੇ, ਮੇਰੇ ਕਰੋੜ ਸਲਾਮ ਉਮੁਲ ਬਨੀਨ ਦੇ ਪੁੱਤਰ ਦੀ ਵਫਾਤ ਹੈ। ਸੈਯਦ ਵੇਖਿਆ ਤੇ ਅੱਬਾਸ ਤੂੰ ਸੁਣਿਆ ਨਹੀਂ, ਮੈਂ ਆਖਿਆ ਜੋ ਮੈਂ ਵਾਅਦਾ ਕੀਤਾ ਜੋ ਮੇਰੇ ਨਾਲ ਕੋਈ ਬਿਰਾ ਕੋਈ ਬਿਰਾਦਰੀ ਦਾ ਬੰਦਾ ਨਾ ਸੀ। ਇਵੇਂ ਗਾਜ਼ੀ ਹੱਥ ਬੰਨ ਕੇ ਆਦਾ ਮੌਲਾ ਤੇਰੀ ਬਿਰਾਦਰੀ ਦੇ ਬੰਦੇ ਤਾਂ ਉਹ ਨੇ, ਮੈਂ ਤਾਂ ਨੌਕਰ ਹਾਂ ਨਾ ਤੇਰਾ, ਨੌਕਰ ਤੇ ਮਾਲਕਾਂ ਦੇ ਨਾਲ ਆਉਂਦੇ ਨਾ। ਜਦੋਂ ਤੂੰ ਜਾਸੇ ਉਹਨਾਂ ਨੂੰ ਪਤਾ ਲੱਗਸੀ ਜੋ ਇਹ ਕਿਹੜੀ ਸ਼ਾਨ ਦਾ ਮਾਲਕ ਹੈ ਜਿਹਦਾ ਅੱਬਾਸ ਜਿਹਾ ਬਿਰਾ ਨੌਕਰ। ਸੈਯਦ ਇਵੇਂ ਗੱਲ ਦੇ ਨਾਲ ਲਾ ਕੇ ਮੂੰਹ ਚੁੰਮ ਕੇ ਆਦਾ ਹੈ ਮੇਰਾ ਲਾਲ, ਮੈਂ ਜਾਣਦਾ ਮੇਰੇ ਪਿਓ ਦੀ ਸ਼ੁਜਾਤ ਦਾ ਵਾਰਸ ਹੈ ਤੂੰ। ਸੈਯਦ ਇਵੇਂ ਆਏ, ਸੈਯਦ ਵੇਖ ਕੇ ਆਦਾ ਹੈ ਅੱਬਾਸ ਅਗਰ ਕੋਈ ਔਖੀ ਬਣੀ
ਇਹ ਦਰਵਾਜ਼ਾ ਮੈਂ ਜਾਣਦਾ ਕੋ ਖੈਬਰ ਦੇ ਦਰ ਤੋਂ ਵੱਡਾ ਤਾਂ ਨਹੀਂ ਨਾ, ਤੂੰ ਮੇਰੇ ਪਿਓ ਦੀ ਜੁਰਤ ਦਾ ਮਾਲਕ ਹੈ। ਕਿਬਲਾ ਸੈਯਦ ਜੈ ਵੇਲੇ ਦਰਵਾਜ਼ ਅੰਦਰ ਆਇਆ, ਵਲੀਦ ਨੇ ਕਿਹਾ ਦੇ ਯਜ਼ੀਦ ਨੇ ਆਖਿਆ ਜੋ ਮੇਰੀ ਬੈਤ ਕਰੋ। ਜਦਾਂ ਲਫ਼ਜ਼ ਬੈਤ ਆਇਆ ਸੈਯਦ ਨੇ ਕਿਹਾ ਦੇ ਕਮੀਨਾ ਉਸਨੂੰ ਆਖਦੇ ਮੁਝ ਜੈਸਾ ਉਸ ਜੈਸੇ ਕੀ ਬੈਤ ਨਹੀਂ ਕਰ ਸਕਦਾ। ਸੈਯਦਾ ਦਾ ਇਸ ਗੱਲ ਦਾ ਖੁੱਲੇ ਮੈਦਾਨ ਵਿੱਚ ਫੈਸਲਾ ਸੀ, ਮੈਂ ਰਸੂਲ ਦਾ ਪੁੱਤਰਾ, ਮੈਂ ਜਾਣਦਾ ਹੁਣ ਮੇਰਾ ਹੱਥ ਆਮ ਹੱਥ ਨਹੀਂ ਹੈ, ਰਸੂਲ ਦਾ ਹੱਥ ਹੈ। ਉਹ ਮੇਰੇ ਨਾਨੇ ਦੀ ਸ਼ਰੀਅਤ ਤਬਦੀਲ ਕਰਨਾ ਚਾਹੁੰਦਾ ਹੈ, ਮੇਰੇ ਨਾਨੇ ਦੀ ਸ਼ਰੀਅਤ ਤਬਦੀਲ ਕਰਦਾ ਹੈ, ਮੈਂ ਹੁਸੈਨ ਵੀ ਜੀਂਦਾ ਹੋਵਾਂ, ਇਹ ਨਹੀਂ ਹੋ ਸਕਦਾ। ਸੈਯਦ ਜਦਾਂ ਇਨਕਾਰ ਕੀਤਾ ਹੈ, ਉਸ ਵੇਲੇ ਮਿਰਵਾਨ ਨੇ ਇਸ਼ਾਰਾ ਕੀਤਾ ਹੈ ਜੋ ਗਰਦਨ ਕੱਪ ਲੈ ਹੁਣ ਅੱਬਾਸ ਕੋਈ ਨੂੰ। ਜਦਾਂ ਇਹ ਗੱਲ ਆਈ ਹੈ ਸੈਯਦ ਦੇ ਚਿਹਰੇ ਦੇ ਤੇਵਰ ਬਦਲੇ, ਸੈਯਦ ਨੇ ਆਖਿਆ ਅੱਲਾਹ ਅਕਬਰ, ਤੁਸਾਂ ਜਾਣਦੇ ਨਹੀਂ ਮੈਂ ਹੈਦਰ ਦਾ ਪੁੱਤਰਾ, ਮੈਨੂੰ ਮਿੰਬਰ ਦੀ ਕਸਮ ਹੈ। ਜਦਾਂ ਨਾਰਾਇ ਤਕਬੀਰ ਬੁਲੰਦ ਹੋਇਆ, ਅੱਬਾਸ ਬਨੀ ਹਾਸ਼ਮ ਦੇ ਰੱਲੇ ਆਇਆ, ਸੈਯਦ ਜਲਦੀ ਦੇ ਨਾਲ ਜਦਾਂ ਅੱਬਾਸ ਦਾ ਚਿਹਰਾ ਡਿੱਠਾ ਹੈ, ਮੌਲਾ ਅੱਗਾਂ ਤੇ ਵਧਣ ਫਿਰਾ ਦਾ ਸੀਨਾ ਚੁਮਕਿਆ, ਦਿਨ ਨਾ ਮੇਰੇ ਪਿਓ ਦੀ ਸ਼ਕਲਾ ਲਾ। ਉਸ ਵੇਲੇ ਗਾਜ਼ੀ ਰੋਕਿਆ ਦੇ, ਮੈਨੂੰ ਕੁੱਤੇ ਦਾ ਨਾਂ ਦੱਸ ਜਿਸ ਤੇਰੇ ਸਰ ਦਾ ਨਾਂ ਛਾਇਆ। ਸੈਯਦਾ ਦਾ ਅੱਬਾਸ ਸਬਰ ਕਰ, ਜਦਾਂ ਕਿਆ ਸਬਰ ਕਰ, ਕਦਮਾਂ ਤੇ ਜਾਣ ਪਿਆ, ਵੇਖਿਆ ਦੇ ਮਾਂ ਦੀ ਚਾਦਰ ਦਾ ਵਾਸਤੇ ਹੀ ਸਬਰ ਕਿਵੇਂ ਕਰਾਂ। ਜਦਾਂ ਬਹਿਣਾ ਨੂੰ ਪਤਾ ਲੱਗ ਸੀ ਹਸਨ ਆ ਜਾ ਅੱਬਾਸ ਬੇਗਾਨੀ ਮਾਂ ਦਾ ਪੁੱਤਰ ਆਈ, ਹਸਨ ਹੋਵਿਆ ਇਸ ਗੱਲ ਦੇ ਮੁੱਲ ਪਵਣਾ। ਸੈਯਦਾ ਦਾ ਇੱਕ ਵਾਰੀ ਮੈਨੂੰ ਇਜਾਜ਼ਤ ਦੇ, ਜੇ ਅਗਰ ਉਹਦੀ ਨਸਲ ਨਾ ਮੁਕਾਵਾਂ ਤੇ ਅਲੀ ਦਾ ਪੁੱਤਰ ਨਹੀਂ। ਸੈਯਦ ਮੈਂ ਅੱਬਾਸ ਤੂੰ ਆਦੈ ਨਹੀਂ ਹੋ ਮੇਰਾ ਲਾਲ, ਮੈਂ ਗਰੀਬ। ਮੌਲਾ ਅੱਬਾਸ ਸਾਦੇ ਮੇਰੇ ਬਾਬੇ ਅਲੀ ਦੀ ਜੁਰਤ ਦਾ ਵਾਰਸ ਜੋ ਮੰਨਦਾ ਹੈ, ਮੇਰੇ ਨਾਨੇ ਨਾਲ ਇੱਕ ਬਾਬਾ ਅਲੀ ਹੁੰਦਾ ਪੂਰੇ ਅਰਬ ਤੇ ਤੱਕ ਨਹੀਂ ਪਾਉਂਦੀ, ਤੇਰੇ ਨਾਲ ਇਤਨੇ ਬਣੀ ਹਾਸ਼ਮਨ, ਮੌਲਾ ਸਾਨੂੰ ਪਾਬੰਦ ਨਾ ਕਰ। ਜਦਾਂ ਆਖੇ ਪਾਬੰਦ ਨਾ ਕਰ, ਸੈਯਦ ਵੇਖਿਆ ਦੇ ਨਾਨੇ ਦੀ ਗੱਲ ਹੋ ਰਹੀ, ਮੈਂ ਗਰੀਬ। ਸੈਯਦ ਆਦਿਆ ਮੇਰਾ ਅੱਬਾਸ ਆ ਮੇਰੇ ਨਾਲ, ਸੈਯਦ ਵਾਪਸ ਤੁਰਨ। ਹੁਣ ਜਦਾਂ ਤਰਤੀਬ ਆਈ ਆਖਰੀ ਜੁਮਲਾ, ਪਹਿਲੇ ਅੱਗੇ ਜਨਾਬੇ ਹੁਸੈਨ ਆਏ, ਪਿੱਛੇ ਜਨਾਬੇ ਅੱਬਾਸ, ਪਿੱਛੇ ਕਮਰੇ ਬਣੀ ਹਾਸ਼ਮ ਸਾਰੇ। ਹੁਣ ਜਦਾਂ ਟੁਰੇਨ, ਅੱਗੇ ਜਨਾਬੇ ਹੁਸੈਨ, ਪਿੱਛੇ ਸਾਰੇ ਬਣੀ ਹਾਸ਼ਮ, ਆਖਰ ਤੇ ਉਮਲ ਬਣੀ ਲਪੁੱਤਰ। ਇਵੇਂ ਜ਼ਮੀਨ ਦੂਲੇ ਦਾਦ ਹੈ, ਹੌਲੇ ਹੌਲੇ ਆਦਾਦ ਹੈ, ਮੇਰੀ ਕਿਸਮਤ ਅਗਰ ਸਰਦਾਰ ਇਜਾਜ਼ਤ ਜੋ ਨਹੀਂ ਲੈਂਦਾ। ਮਾਸ਼ਰ ਨੂੰ ਮਾਤ ਸੀ ਤੇਰੇ ਚੋਲੇ ਸੀ ਗਈਆਂ, ਮੇਰੇ ਪੁੱਤਰਾਂ ਦੀ ਕਿਹੜੀ ਹਿਫਾਜ਼ਤ। ਇਵੇਂ ਤੁਰਦੇ ਆਉਂਦੇ ਥੋੜੀ ਜਿਹੀ ਕਦਮ ਤੇ ਅਗਾਂਹ ਵੱਧ ਕਿਹਾ ਦਿਨ ਜਨਾਬੇ ਅੱਬਾਸ, ਅਲੀ ਅਕਬਰ ਬੇਟਾ ਥੋੜੀ ਜਿਹੀ ਗੱਲ ਸੁਣ। ਜੀ ਬਾਬਾ। ਸੈਯਦਾ ਦਾ ਅਗਾਂਹ ਬੰਨ ਕੇ ਬਾਬੇ ਨੂੰ ਹੱਥ ਬੰਨ ਕੇ ਆਖ, ਜਦਾਂ ਘਰ ਚ ਵੰਨੇ ਬਹਿਣਾ ਦੇ ਸਾਹਮਣੇ ਉਹ ਕਤਲ ਵਾਲੀ ਗੱਲ ਦਾ ਨਾਂ ਨਾ ਲਵੇ, ਮੈਨੂੰ ਜ਼ੈਨਬ ਗਿੱਲੇ ਦੇ ਸੀ ਆਸੀ ਤੂੰ ਵੀ ਜੀਂਦਾ ਵੇ, ਮੇਰੇ ਬਿਰਾ ਦੇ ਕਤਲ ਦੀਆਂ ਗੱਲਾਂ ਆਉਂਦੀਆਂ। ਹੁਣ ਜਨਾਬ ਦੇ ਸਾਹਮਣੇ ਫਖਰੁ ਜ਼ਾਕਿਰੀਨ, ਸਾਡੇ ਇਲਾਕੇ ਦੀ ਬਿਹਤਰੀਨ ਹਸਤੀ ਜਨਾਬ ਜ਼ਾਕਿਰ ਅਲੇ ਬੈਤ ਹਸਨ ਰਜ਼ਾ ਹਾਸ਼ਮ ਸਾਹਿਬ ਆਫ ਕਬੀਰਵਾਲਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ بِنَبِيٍّ مَرْجُوٍّ وَرَسُولٍ مَدْنِيٍّ بِأَخِيهِ يَسْدِ اللَّهُ وَيُسَمَّاهُ بِأَلِيًّا وَبَنُوهَا بَتُولَيْنِ وَلَدِتَاهُ وَالْسِتَّةِ وَالْشِبْلَةِ وَغَمَاهُ نَجْلَ زَكِّي مَا بِسَجَّاهُ دَيْهِ وَبِالْبَاكِرِ وَالصَّادِقُ حَقًّا وَبِمُوسَى وَرَضَا وَتَقِيًّا وَنَقِيًّا وَبِذِ الْأَسْكَرِ وَالْحُجَّاتِ الْقَائِمِ بِالْحَقِّ الَّذِي يَزْرِبُ مِصَائِفَ بِحُكْمِ أَزَلِيٍّ بِتَقَبَّلٍ بِقَبُولٍ آسَنِ رَبَّا دُعَانَا بِعَلِيٍّ 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 یا صاحب الزمان ادرکنا بحق ادم اللہ فضل شہدائے
اللهم صل على محمد وعلى محمد الصلوات نعره تکبیر اللہ اکبر نعره تکبیر اللہ اکبر نعره رسالت یا رسول اللہ نعره رسالت یا رسول اللہ نعره حیدری نعره حیدری صلوات بابا زید اللہ اکبر صلی اللہ محمد وعلی محمد کائنات دا خالق تو ڈا ٹرایا منظور فرماوے سیدادے دا صفے ماتم بچھایا اپنی بارگاہ وچ قبول فرماوے ہر مومن موالی نو مولا ہر تکلیف پریشانی تو محفوظ فرماوے میں حقیر دی رکھتے ہی اپنی بارگاہ وچ قبول فرماوے سارے بارویں آقا دا جل ظہور فرماوے یہ مجلس شبیر جنت سے حسین ہے یہ مجلس شبیر جنت سے حسین ہے جو عشق میں لذت ہے وہ کوثر میں نہیں ہے بسم اللہ سلامت رہو سلامت رہو یہ مجلس شبیر جنت سے حسین ہے جو عشق میں لذت ہے وہ کوثر میں نہیں ہے وعدے تو کیسے ملائے گا مجھے میرے خدا سے دارائن کا خالق بھی تو اس وقت یہی ہے اے لحد کفن میت کو نہ میلا کرنا اے لحد کفن میت کو نہ میلا کرنا اس نے رہنا ہے محشر کی شہر ہونے تک اے لحد کفن میت کو نہ میلا کرنا اس نے رہنا ہے محشر کی شہر ہونے تک وعدہ اے فرشتوں تم بھی تحمل برتو یہ تو خاموش ہے مولا کو خبر ہونے تک سلامت رہو زندگیاں دراز ہوں مل کے صلوات پڑھو بابا اعوذ باللہ من الشیطان الرجیم بسم اللہ الرحمن الرحیم الحمد للہ رب العالمین الصلاة والسلام على اشرف الانبیاء والمرسلین الصلوات خاتم النبیین وما ارسلناک الا رحمة للعالمین صلوات دنیا سڑی نان کی نگری چھوڑے بسم اللہ اللہ میں مسجد رہو سلامت رہو سینٹ والی مکان منظور فرمائے میں بسم اللہ کرو بسم اللہ کرو زندگی اندراز ہو میں دنیا سنی نانکی نگری چھوڑے بسم اللہ بسم اللہ بسم اللہ بسم اللہ بسم اللہ کرام
अल्लाह भाई वास्ते रहो सलामत रहो ਸਾਡੀ ਮਾਂ ਪਿਆਦੀ ਆਈ ਅੱਜ ਇਹ ਅਜ਼ਾਨ ਸੁਣਾ
ਮੈਨੂੰ ਪਤਾ ਲੱਗੇ ਮੈਂ ਬਾਬੇ ਦੀ ਨਗਰੀ ਚ ਵਸਦੀ ਪਈ ਆ। ਭਾਈ ਜਾਨ ਬਿਲਾਲ ਕੋਲ ਦਸਤਾ ਜ਼ਾਂ ਤੇ ਸਵਾਰ ਹੋਇਆ, ਬਾਬਾ ਜੀ ਅਜ਼ਾਨ ਸ਼ੁਰੂ ਕੀਤੀ ਏ, ਜਦੋਂ ਬਿਲਾਲ ਆਖਿਆ ਅਸ਼ਹਾਦੁ ਅੰਨਾ ਮੁਹੰਮਦ ਰਸੂਲ ਅੱਲਾਹ, ਅੱਜਾ ਮੁਹੰਮਦ ਦੀ ਗਵਾਹੀ ਦਾ ਫਿਕਰਾ ਨਹੀਂ ਮੁੱਕਾ, ਵੇਖ ਕੇ ਤਾਂ ਹੱਸਣਾ ਆਉਂਦੀਆਂ ਚੋਟੀਆਂ ਹਵਾ ਝੂਟੀਆਂ ਆਉਂਦੀਆਂ ਨੇ, ਪਰ ਨਲੇਨ ਕੋਈ ਨੀ ਰੋਕਿਆ ਤੇਰਾ ਹੌਲੇ ਜ਼ੋਨ ਦੇ ਸਾਡੀ ਮਾਂ ਦੀ ਮੁੱਠੀ ਖੁੱਟੀ ਜਾਣ ਆਦੀ ਬੈਠੀ ਏ ਬਾਬਾ ਤੇਰੀਆਂ ਜ਼ੋਨ ਦੀ ਪਈਆਂ ਨੂੰ ਜ਼ਖਮੀ ਦੀ ਜਗੀ ਦੀ ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਰੋਮਣ ਵਾਲਿਓ ਆਜ਼ਾਨ ਦਾ ਬਾਦ ਰੋਕਿਆ ਦੀਏ ਵੰਨੋ ਮੇਰੀ ਸ਼ਿਫਾ ਵਾਸਤੇ ਨਾਨੇ ਦੀ ਖਬਰ ਤੇ ਦੁਆ ਮੰਗਾ ਹਸਨ ਹੱਥ ਉਠਾਇਨ ਹੁਸੈਨ ਰੋ ਗਿਆ ਤਾਂ ਇਹ ਮੇਰੀ ਦੁਆ ਨਾ ਮੰਗੇ ਮੈਂ ਨਾਨੇ ਨਾਲ ਕਈ ਗੱਲ ਕਰ ਲਈਏ ਆਪਣੇ ਸਰ ਤੂੰ ਮਾਮਾ ਲਾ ਜਵਾਬ ਦੇ ਤੇਰੀ ਨਗਰੀ ਚ ਮੇਰੀ ਮਾਂ ਜ਼ਖਮੀ ਕਿਉਂ ਜ਼ਖਮੀ ਸੱਜਿਆ ਜਨਾ ਦਸਤੀ ਨਹੀਂ ਬਣ ਵਾਹ ਬਈ ਵਾਹ ਜਵਾਬ ਦੇ ਤੇਰੀ ਨਗਰੀ ਚ ਮੇਰੀ ਮਾਂ ਜ਼ਖਮੀ ਕਿਉਂ ਹੈ ਮੇਰੀ ਮਾਂ ਜ਼ਖਮੀ ਸੱਜਿਆ ਜਨਾ ਦਸਤੀ ਨਹੀਂ ਬਣ ਬੰਦੇ ਕਫਨ ਜਨਾਜ਼ਾ ਹੁਸੈਨ ਚਵਣ ਲਈ ਕੋਈ ਨਾ ਅਜ਼ਮਤ ਆਲੇ ਮੁਹੰਮਦ ਦੀ ਕਸਮ ਮੁਸਲਮਾਨਾ ਮੁਹੰਮਦ ਦੀ ਧੀ ਨੂੰ ਬਾਬਾ ਮਾਰੇ ਮਾਰਿਆ ਭਾਈ ਜਾਨ ਬਤੂਲ ਦੇ ਟੁਰ ਮੰਨਣ ਦੇ ਬਾਅਦ ਤੂੰ ਭੈ ਬਿਰਾ ਹੈ ਪੈ ਤੇ ਗੱਲ ਲੱਗਣ ਬਾਬਾ ਜੀ ਅੱਲਾ ਜਾਂਦਾ ਸ਼ਬੀਰ ਲੋ ਗਿਆ ਤੈ ਬਹਿਣ ਹੁਣ ਦੱਸ ਸਮਦੀ ਵਿੱਚ ਕੇ ਕਰਨਾ ਬੀਬੀ ਰੋ ਗਿਆ ਦੀ ਪਹਿਲੋ ਤੂੰ ਮੈਨੂੰ ਜਵਾਬ ਦੇ ਨਾਨੇ ਦੀ ਨਗਰੀ ਚੋਂ ਟੁਰੀ ਤਈ ਕਮਾਏ ਸਾਡੇ ਨਾਨਕੇ ਕਿਉਂ ਮੁੱਕਦੇ ਤੂੰ ਤਾਂ ਨਾ ਰਸੂਲ ਦੀਆਂ ਚਾਰ ਧੀਆਂ ਤੂੰ ਨਾ ਆਖ ਮੈਂ ਬਣੇਦਾ ਤੇਰੇ ਦਰਬਾਰ ਤਾਂ ਹਿੱਕ ਗਈ ਇਨ ਵਲਾਈ ਧੀਆਂ ਸੁਣਾਉਣੀ ਨਹੀਂ ਸਕੀਆਂ ਰੋ ਗਿਆ ਦੀ ਮੈਨੂੰ ਸੁਣੇ ਅੱਖਾਂ ਪਹੁੰਚ ਕੇ ਮਿਲ ਕੇ ਸਲਵਾ ਥੋੜੋ ਬਾਵਾ ਖੁਸ਼ਕਿਸਮਤ ਉਹ ਇਨਸਾਨ ਜਿਹਦਾ ਅਲੀ ਜੀ ਆਈ ਮਾਂ ਅਲੀ ਇਮਾਮ ਸਿਰਫ ਸ਼ੀਆਂ ਤੇ ਸੁਨੀਆਂ ਦਾ ਨਹੀਂ ਅਲੀ ਇਮਾਮ ਪੂਰੀ ਕਾਇਨਾਤ ਦਾ ਇਮਾਮ ਹੈ ਅੱਗੋਂ ਹਰ ਕਹਿੰਦੇ ਜ਼ਬਤ ਦੀ ਬਾਤ ਹੈ ਕੋਈ ਮੰਨ ਲਵੇ ਤਵੱਤੀ ਅਲੀ ਅਲੀ ਹੈ ਕੋਈ ਨਾ ਮੰਨੇ ਬੋਲੋ ਤਾਂ ਸਹੀ ਇਹਨਾਂ ਦੇ ਬਾਰੇ ਸੋਚਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਜਿੰਨਾ ਸੋਚ ਗਏ ਉਹ ਸ਼ੈਤਾਨ ਬਣ ਗਏ ਜਿੰਨਾ ਸਿਰਫ ਮੰਨ ਲਿਆ ਉਹ ਸਲੇਮਾਨ ਬਣ ਸਲਾਮਤ ਰੱਖੇ ਕਸੀਦਾ ਮੈਂ ਜਨਾਬ ਨੂੰ ਮੌਲਾ ਅਮੀਰ ਕਹਿਣਾ ਦਿਸ਼ਾਨ ਦਾ ਸੁਣਾਉਣ ਲੱਗ ਬਲਕਿ ਮੇਰੇ ਮੌਲਾ ਦੇ ਨੇ ਜਲ ਬਲਾਏ ਖੁਤਬਾ ਤੇ ਮੇਰੇ ਮੌਲਾ ਨੇ ਜੋ ਕੁਛ ਆਪਣੇ ਖੁਤਬੇ ਦੇ ਅੰਦਰ ਫਰਮਾਏ
میں جناب تک پہنچانا چاہتا ہوں. مل کے صلوات پڑھو بابا جی. میرے مولا علی نے دنیا کو اپنے بارے میں یہ بتایا ہے. میرے مولا علی نے دنیا کو بسم اللہ اپنے بارے میں یہ بتایا ہے. میرے مولا علی نے دنیا کو اپنے بارے میں یہ بتایا ہے. میرے مولا علی نے دنیا کو اپنے بارے میں یہ بتایا ہے. میرے مولا علی نے دنیا کو اپنے بارے میں یہ بتایا ہے. تم کو ہم نے بنایا مرضی سے, ہم کو اللہ نے خود بنایا. سلامت رہو زندگیاں دراز ہوئیں. میرے مولا دے الکاب ہیں وجہ اللہ, عین اللہ, لسان اللہ, ید اللہ. یہ میرے مولا دے الکاب ہیں. میرے مولا نے اپنے خطبے دے اندر ایک سونی جی گل کیتی ہے. جوانوں بزرگو سار چاہنا تے میں جناب نو سناواں. میری آنکھیں ہی ان کی آنکھیں ہیں, میرے ہاتھوں میں خود خدائی ہے. بسم اللہ سلامت رہو. اے علی علی سلامت رہو. کیویں بھائی؟ میری آنکھیں ان کی آنکھیں ہیں, میرے ہاتھ میں خود خدائی ہے. اس کی جتنی بھی کائنات ہے یہ میں نے ہاتھوں سے ہی بنائی ہے. بسم اللہ سلامت رہو. شب ہجرت مجھے محمد نے اپنے بستر پہ خود سلایا ہے. شب ہجرت مجھے محمد نے اپنے بستر پہ خود سلایا ہے. شب معراج مجھ کو اللہ نے سنو اپنی جگہ بٹھا. زندگیاں دراز ہوئیں. جنا میرے مولا نے لفظ آکھے, دربار وچ بندہ اٹھیا, آکھن لگا مولا اتنا مقام اپنا دس چھوڑے نے, اتو تو ہادی کوئی نہیں رہ گئی. اے دساؤ تواڈا مقام زیادہ یا قرآن دی عظمت زیادہ ہے؟ میرے مولا امیر کائنات اس بندے دے پاس مخاطب ہو کے فرمائندے ہیں, سارا جس کو قرآن کہتے ہو یہ بھی میرے ہی گھر کا قصہ ہے. بسم اللہ سلامت رہو سلامت رہو. سلا جس کو قرآن کہتے ہو یہ بھی میرے گھر کا قصہ ہے. سورہ دہر جیسی کی شان میں ہے, میرے گھر کی کنیز پیزا ہے. میرے گھر کی کنیز پیزا ہے. میرے گھر میں حبش کی ملکہ نے کتنا اونچا مقام پایا ہے. میرے گھر میں حبش کی ملکہ نے کتنا اونچا مقام پایا ہے. اس نے روٹی زمین سے بھیجی تھی, وہی قرآن بن کے آیا. مولا حسین پر سلامت حسین راضی ہوں. ایک قصیدہ اور پڑھا. گھر بار ہو گیا
سلامت رہو مسجد نبی نبیاں دا صدا نبی نماز پہ پڑھیں حسین بادشاہ صفاں نوں کراس کریں دے نانے دے کول ہیں نانے دی پشت سوار واقعہ تہاڈے بچے نوں یاد رسول نوں انتظار ہے وہی آوے تے سجدے چ سچاواں وہی نوں انتظار ہے اللہ حکم دے وے پیغام پہنچاواں اللہ نوں انتظار ہے حسین ارادہ کرے تے حکم دے وے بھائی جان رسول دی ساری عبادت ساری عبادت ایک پاسے اے سجدے دا مقام ایک پاسے اے مشہور کیوں ہے جس تے حسین سوار ہوئے اے دی عظمت کیوں ہے سار چاونا تے میرے پاس رکھا میں دساواں اج میں دساواں چین دا سردار ہو گیا سردار ہو گیا جیڑا سہارا گھر دا زبار ہو گیا گھر اسلام دے وسیع مینو لکھ دے چانے ہاتھ کم دا جس دم اولکڑ لگئی شاہ بہن دی پاکر دے وہ تو دربار دیویں جیویں بچ دئی دینا واہ بھائی واہ واہ بھائی واہ بسم اللہ بسم اللہ چھبی رجب مغرے بین دی نماز دا وقت ولی دا کاسے دے آ کے پیغام لیتا میرے مولا فرمایا تو ٹر ونج میں نماز پڑھا کے آ وینا کاسے دے واپس ولائے امام نے نماز پڑھائی نماز پڑھاون دے بعد اللہ جان دے ہر ہاشمی دے پاسے دیکھ کے آدا ہے تسا ہر کوئی گھر ٹر ونجو میں کلیاں ولی دی کچہری وجنا تر دویا بہن دے گھر آئے اپنے آپ نو آج ویندا مشورے علی بہن کول مشورہ لواں بیراد چہرے دی عاشق بہن بیراد چہرے دی تلاوت کیتی اکھاں رونیوں ہیاں نظر آئیاں بیراواں دیاں رونیوں ہیاں اکھاں بہناں تو لکدیاں نہیں اللہ جاندا چہرے تے بو سرے گیا دی کھڑی اے تو جو لک کے بدر رونا اے میں تاں کوئی ہاشمی وان کے ماں دی قبر تے آکھے زینب جیندی اے حسین رو واہ بھائی واہ واہ بھائی واہ سیدہ دا روئیں دی تی اگالے نانے دے ٹر ونجن دے بعد بابے دے ٹر ونجن دے بعد مسلمان دے دربار چ میری پہلی پیشی ہے
मशवराइयो करना आखें दबल मां दी कबर ते वन्या आखें दा नाने दी कबर ते वन्या आखें दबल दरबार वन्या बीबी रो क्या दिए नाने दी कबर ते वन बेशक वन मां दी कबर ते बेशक वन लेकिन दरबार गलियां ना वन्न दे सा सैयदा दा क्यों ने मनने दी रोकिया दिए जड़ दे दे मेरे मोयो भिरात मुसलमान तीर मारे मुसलमान तो इतबार बड़ी गए भाई जान भीरा दरबार दो दाए बहन दा मन पी खड़ी है यो मंजर फजल दी मार छाए उबाले कदम चाह दिए उतराइए जिता अब्बास फजल नु प्यार भी है करेंदा अगर मार के आ दिए तू पोत नु प्यार भी है करेंदा उठ दे तो मेरा कि नहीं होंदा है बहन बनन नहीं भाई वाह भाई वाह बिस्मिल्लाह करा मैं बिस्मिल्लाह करा अब्बास नलाय नहीं संभलिया दस्तार नहीं संभलिया कदा तवसदे आए नारा तकबीर बुलंद कीता अजा अल्लाह अकबर दी रे नहीं मुकी हर घर चू हाशमी तलवार ला के बाहर आए अल्लाह जान दे बनिया शम ने मर्दों नु ना ला के अब्बास तुरै अजा हुसैन दरवाजे दिताई गिया या अब्बास वन पहुंच जाए हकल मार गया दा गाजी करवेंदा हाथ बन गया दा सरदार मैं जींदो मेरे जींदियां कलियां दरबार वने सैयद हो गया दा अब्बास मेरी मजबूरी है मुसलमान आख्या ते कल्ला होना है ना तेरे बिरा कोई ना होए ना तेरा पोतरी कोई ना होए हाथ बन गया दा सरदार ना मैं तेरा पोतरा ना मैं तेरा बिरा मैं तेरा नौकर सैयद दया हर बंदे नो पता है तू अली दा पुत्र मैं अली दा पुत्र सैयद रो गया दा मैं गरीब ते मिन्नत ला दरबार तू लेवान तू कुर्सी दे पाए मैं अब्बास जमीन दे पास तू मुसलमान गला गला करे मैं तेरियां जुतियां सफा करे नरस वाता मुसलमान नो पता लग वैसी जे हुसैन दा नाम करे भाई जान इमाम अंदर दाखिल होए लोगों ने उठी के इस्तकबाल कीते कुर्सी दित्ती है मेरा मौला कुर्सी ते जलवा फिगन होए इस कमीने ने जालिम दा खात पेश कीते सैयद खादो दिठा है वत वली दे पास रह गया दे मैनू सुनियान मैं बतूल दा पुत्रा मैनू सुनियान मैं अली दा पुत्रा मैनू सुनियान मैं हुसैना मेरी बैयत कोई आम बैयत नहीं मेरे नाने दी बैयत है एडी वड्डी बैयत छोड़ के जालिम दी बैयत की मैं कर रहा बिस्मिल्लाह करा मैं बिस्मिल्लाह करा मैं बिस्मिल्लाह करा ए जालिम ने क्या दे जो तू बैयत ने करेंदा तब वतन छोड़ रो क्या द बैठा है आज दी रात मोहला चले कल रात मैं नाने द मदीना छोड़ दे मेरिया बहना बढ़िया परदादार बिस्मिल्लाह 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 जदाई ये लफ्ज इमाम आके ने है कुत्ते नु मां इंसान वजू पिया करे ना इशारा कर गया द हुसैन गल्ला ने इन सर कलम कर घिनो इमाम ने इशारा समझे नारा तकबीर बुलंद कीता अज अल्लाहु अकबर दिरे नहीं मुकी अब्बास इया है जे अली खैबर च आया हुसैन तू कुर्सी छोड़ गई है गल बहिबा क्या ना लड़ना नहीं है मदीना नाने दा साडी जगीर करवला मर्दां नूं ला ला के वापस तुर पिए बुजुर्गों जदा अपने दरवाजे ते आए आण के दस्तक दित्ती है अंदरों दर्द मारी बहन खड़ी है सैयदा दा क्यों खड़ी है आदी मैं कोई हुण भी खड़ी हां जड़े वेले दा तू दरबार गई है मैं तेरा इंतजार करेंदी मैं तेरा इंतजार करेंदी रही हां सैयदा दा ए दसा क्यों इंतजार कीती रोकिया दी मैनू चैन नहीं आंदा मैं एक पल ना वेखा मेरी चैन मुकवे दे अल्लाह जानदा हुसैन दे पास रह गया दी ए दसा मुसलमान क्यों सदा आई
رو گیا دکھڑا مسلمان دن یا بیعت گار یا وطن چھوڑ میری سینا دیے تو کہڑا جواب دیتا ہے سیدا دے میں کان وطن چھوڑ دینا ہے بی بی آدی وقت خبران دا کیوں ہے میں جو تیری آدی بھائی وال بہنا تو ٹرسے میں نہ ٹرسا سیدہ دروائی دی دیا گالے نانے مدینہ وزائے باب نجب وزائے میں اپنا وکھرا شہر بڑھائینا بی بی آدی رو نہیں جو کچھ مانگ میں دے دیا سیدہ دا دیوارہ کھڑیاں کرنیاں رو کیا دی آکھے تا اکبر دا جگر دیوا عباس دے بازو دیوا قاسم دی جوانی دیوا سیدہ دا دیواراں تے بنوے سن چھٹ کے تے چادر کھٹ دی اے اس لے اپنے سر تو چادر لائی اس پیرا دے ہتھ تے روکیا دی رے نہیں میری چادر حاضر ہے سیدہ دا آج نہیں دیونی دا محرم دی دی کر دیونی اے روکیا دی کینو دیونی اے تے ارمان Thank you.